ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਅੱਜ ਤਰਨ ਤਾਰਨ ਦੇ ਪਿੰਡ ਠੱਠੀਆਂ ਮਹੰਤਾ 'ਚ ਆਪਣੀ ਵਿਸ਼ਾਲ ਰੈਲੀ ਕੀਤੀ ਗਈ ਹੈ, ਜਿਸ ਵਿੱਚ ਸੁਖਦੇਵ ਸਿੰਘ ਢੀਂਡਸਾ ਸਮੇਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵੱਡੀ ਪੱਧਰ 'ਤੇ ਵਰਕਰਾਂ ਨੇ ਹਿੱਸਾ ਲਿਆ ਹੈ। ਹਾਲਾਂਕਿ ਇਸ ਰੈਲੀ ਵਿੱਚ ਡਾਕਟਰ ਰਤਨ ਸਿੰਘ ਅਜਨਾਲਾ ਵਿਖਾਈ ਨਹੀਂ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰਪਾਲ ਸਿੰਘ ਬੋਨੀ ਨੇ ਰਾਜਾਸਾਂਸੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਸੀ, ਜਦਕਿ ਡਾਕਟਰ ਰਤਨ ਸਿੰਘ ਅਜਨਾਲਾ ਬਾਰੇ ਅਟਕਣਾ ਲੱਗ ਰਹੀਆਂ ਸਨ ਕਿ ਉਹ ਅਜੇ ਵੀ ਟਕਸਾਲੀਆਂ ਦੇ ਨਾਲ ਹਨ। ਪਰ ਅੱਜ ਟਕਸਾਲੀਆਂ ਦੀ ਇਸ ਰੈਲੀ ਵਿੱਚ ਡਾਕਟਰ ਰਤਨ ਸਿੰਘ ਅਜਨਾਲਾ ਦੀ ਗੈਰ ਹਾਜ਼ਰੀ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ 'ਤੇ ਵੱਡੇ ਹਮਲੇ ਕੀਤੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਦੇ ਪ੍ਰਧਾਨ ਬੱਬੀ ਬਾਦਲ ਨੇ ਵੀ ਵੱਡੇ ਬਾਦਲ 'ਤੇ ਵੱਡੇ ਹਮਲੇ ਕੀਤੇ ਹਨ। ਇਲੈਕਸ਼ਨਾਂ ਲੜ ਕੇ ਵੋਟਾਂ ਪਾ ਕੇ ਜਿੱਤ ਕੇ ਇਹ ਜਿਹੜੇ ਮੰਤ ਆ, ਅੱਜ ਦੀ ਗੱਲ ਚੇਤੇ ਰੱਖਿਓ। ਅੱਜ ਤਾਂ ਏਡਾ ਇਕੱਠ ਹੋਇਆ ਨਾ ਜਦੋਂ 2-4 ਮਹੀਨਿਆਂ ਬਾਅਦ, ਕਿਉਂਕਿ ਕਾਫਲੇ ਬਣਦੇ ਹੁੰਦੇ ਆ, ਲੋਕ ਇਸ ਤਰ੍ਹਾਂ ਹੀ ਜੁੜਦੇ ਹੁੰਦੇ ਆ। ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਤਕੜਿਆ ਹੋ ਕੇ ਸਾਰਾ ਕਰਨਾ। ਆ ਦੂਸਰੇ ਜਿਹੜੇ ਕਾਂਗਰਸੀ ਆ, ਇਹਨਾਂ ਦੀ ਵੀ ਸੁਣ ਲਓ। ਕਾਂਗਰਸ ਸਾਡੇ ਅਕਾਲ ਤਖ਼ਤ 'ਤੇ ਹਮਲਾ ਇਹਨਾਂ ਨੇ ਕੀਤਾ, ਸਾਡਾ ਕਾਂਡ ਕਰਤਾ ਇਹਨਾਂ ਨੇ। ਜਿਹਦਾ ਨੰਬਰ 2 ਤੇ ਆਪਣਾ ਸੂਬਾ ਹੋਵੇ, ਸੂਬੇ ਦੇ ਲੋਕ ਹੋਣ, ਤੇ ਸਭ ਤੋਂ ਅਖੀਰ ਤੇ ਆਪਣਾ ਪਰਿਵਾਰ ਹੋਵੇ, ਸਭ ਤੋਂ ਅਖੀਰ ਤੇ ਧਨ ਦੌਲਤ ਹੋਵੇ। ਬਾਦਲ ਸਾਹਿਬ, ਜਿਹੜਾ 5 ਸਿਤਾਰੇ ਹੋਟਲ ਬਣਾਉਂਦਾ ਉਹ ਟਕਸਾਲੀ ਨਹੀਂ ਹੁੰਦਾ, ਜਿਹੜਾ ਚਿੱਟਾ ਵੇਚਦਾ ਉਹ ਟਕਸਾਲੀ ਨਹੀਂ ਹੁੰਦਾ, ਜਿਹੜਾ ਅਰਬਾਂ ਰੁਪਈਏ ਪੰਜਾਬ ਦੇ ਲੋਕਾਂ ਦੇ ਵਿੱਚੋਂ ਜੇਬਾਂ ਵਿੱਚੋਂ ਕੱਢ ਕੇ ਤੇ ਆਪਣੇ ਪਰਿਵਾਰ ਨੂੰ ਅਮੀਰ ਕਰਦਾ ਉਹ ਟਕਸਾਲੀ ਨਹੀਂ ਹੁੰਦਾ। ਤੇ ਮੈਂ ਇਹ ਵੀ ਕਹਿ ਦਾਂ ਕਿ ਧ੍ਰਿਤ ਰਾਸ਼ਟਰ ਵੱਲੋਂ ਜਿਹੜਾ ਅੱਖਾਂ ਤੇ ਪੱਟੀ ਬੰਨ ਕੇ ਗਲਤ ਇਨਸਾਫ ਨਾ ਇਨਸਾਫੀ ਦੇਖਦਾ ਉਹ ਵੀ ਟਕਸਾਲੀ ਨਹੀਂ ਹੁੰਦਾ। ਬਾਦਲ ਸਾਹਿਬ, ਜਿਵੇਂ ਤੁਸੀਂ ਅੱਖਾਂ ਤੇ ਪੱਟੀ ਬੰਨ ਕੇ ਔਰ ਤੁਸੀਂ ਸੁਖਬੀਰ ਨੂੰ ਤੇ ਮਜੀਠੀਏ ਨੂੰ ਖੁੱਲਾ ਹੱਥ ਦਿੱਤਾ, ਤੇ ਸਾਡੇ ਅਕਾਲੀ ਦਲ ਦੇ ਵਰਕਰ ਆ ਵੇਖੋ, ਜੇ ਮਾਝੇ ਦੇ ਅਸਲੀ ਵਰਕਰ ਦੇਖਣੇ ਆ, ਆ ਬੈਠੀ ਹੈ ਮਾਝੇ ਦੀ ਕਰੀਮ, ਤੇ ਤੁਸੀਂ ਗੱਲਾਂ ਕਰਦੇ ਹੋ ਕਿ ਮੈਂ ਮਾਝੇ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਉਹ ਜਿਹੜੀਆਂ ਬੱਸਾਂ ਦੇ ਵਿੱਚ ਪੇਟੀਆਂ ਰੱਖ ਕੇ ਤੁਸੀਂ ਭੀੜ ਜਤਾਉਂਦੇ ਹੋ, ਉਹ ਮਾਝਾ ਨਹੀਂ, ਮਾਝਾ ਆ ਸਾਹਮਣੇ ਬੈਠਾ। ਅੱਜ ਮੈਂ ਆਪਣੇ ਵੀਰਾਂ ਨੂੰ ਕਹੂੰਗਾ, ਪ੍ਰੈਸ ਵਾਲਿਆਂ ਨੂੰ, ਕਿ ਚੰਗੀ ਤਰ੍ਹਾਂ ਬਾਦਲ ਸਾਹਿਬ ਨੂੰ ਅੱਜ ਦੇ ਇਕੱਠ ਦੀਆਂ ਫੋਟੋਆਂ ਵਿਖਾਓ, ਤਾਂ ਕਿ ਉਹ ਉਸ ਇਕੱਠ ਤੇ ਆਏ ਲੋਕਾਂ ਦੀਆਂ ਫੋਟੋਆਂ ਤੇ ਅੱਜ ਦੇ ਇਕੱਠ ਵਿੱਚ ਆਏ ਲੋਕਾਂ ਦੀਆਂ ਫੋਟੋਆਂ ਨੂੰ ਦੋਵਾਂ ਨੂੰ ਮੇਲ ਕਰਕੇ ਵੇਖ ਲੈਣ ਕਿ ਅਸਲ ਪੰਥ ਕਿਹਦੇ ਨਾਲ ਖੜਾ। ਸੋ ਬਹੁਤਾ ਲੰਮਾ ਅਕਾਲੀ ਦਲ ਦੇ ਮੋਰਚੇ ਵਿੱਚ ਅਕਾਲੀ ਦਲ ਦੇ ਕਿਸੇ ਗਮ ਵਿੱਚ ਹਿੱਸਾ ਪਾਇਆ ਹੋਵੇ ਤਾਂ ਮੈਂ ਗੁਨਾਹਗਾਰਾਂ ਜੇ ਇੱਕ ਦਿਨ ਸਾਬਤ ਕਰ ਦਿਓ ਤੇ ਅੱਜ ਸੁਖਬੀਰ ਇਹ ਗੱਲਾਂ ਕਰੇ ਤੇ ਅੱਜ ਪੈਸੇ ਦੇ ਜ਼ੋਰ ਨਾਲ ਇਕੱਠੇ ਕਰਦਾ। ਔਰ ਤੁਸੀਂ ਵੀਰੋ ਆਪਣੇ ਟਰੈਕਟਰਾਂ 'ਤੇ ਆਏ ਹੋ, ਆਪਣੀਆਂ ਟਰਾਲੀਆਂ 'ਚ ਆਏ ਹੋ, ਅਤੇ ਲੇਕਿਨ ਇੱਥੇ ਦੋਨਾਂ ਨੇ ਧਰਨਾ ਮਾਰਨਾ ਨਾ, ਅਤੇ ਲਿਆਉਣਗੇ ਕਿੱਥੋਂ ਬੱਸਾਂ? ਸਾਰੇ ਬੱਸਾਂ ਭਰ ਕੇ ਲਿਆਉਣਗੇ, ਸਾਰੇ ਜ਼ਿਲ੍ਹਿਆਂ 'ਚੋਂ ਲਿਆਉਣਗੇ।
ਇੱਥੇ ਸਾਬਤ ਇਹ ਕਰਨਗੇ ਕਿ ਅਸੀਂ ਇਕੱਠ ਕਰ ਲਿਆ ਅਤੇ ਇਸ ਕਰਕੇ ਉਹਨਾਂ ਗੱਲਾਂ 'ਚ ਨਹੀਂ ਸਾਨੂੰ ਲੋਕਾਂ 'ਤੇ ਵਿਸ਼ਵਾਸ ਆ ਪੰਜਾਬ ਦੇ ਜਦੋਂ ਇਹ ਖੜ੍ਹੇ ਹੋ ਜਾਂਦੇ ਨੇ ਫਿਰ ਇਹਨਾਂ ਮੂਹਰੇ ਕੋਈ ਨਹੀਂ ਅੜ ਸਕਦਾ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।